ਤਾੜੀਆਂ ਮਾਰ ਦੇ ਕਮਲ ਪਹਿਲਵਾਨ ਦੇ ਲਈ ਵੀ ਜ਼ੋਰਦਾਰ। ਕੋਈ ਗੱਲ ਨਹੀਂ, ਸਮਾਂ ਹੁੰਦਾ ਹਰੇਕ ਪਹਿਲਵਾਨ ਦਾ ਹੈ, ਲੰਬੇ ਸਮੇਂ ਤੋਂ ਪਹਿਲਵਾਨੀ ਕਰਦਾ ਆ ਰਿਹਾ। ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸੀਨੀਅਰ, ਜਿੰਨੇ ਵੀ ਜੂਨੀਅਰ ਔਰ ਜਿੰਨੇ ਵੀ ਕਹਿੰਦੇ ਉਸਤਾਦ ਲੋਕ ਕਰਮਦੀਪ ਸਿਆ ਅੱਜ ਦੇ ਇਸ ਅਖਾੜੇ ਨਾਲ ਜੁੜੇ ਆ, ਮੈਂ ਸਾਰੇ ਉਸਤਾਦਾਂ ਦਾ ਧੰਨਵਾਦ ਕਰਦਾ ਹਾਂ। ਬਾਬੇ ਮਾਈਕ ਤੇ ਸਾਡਾ ਭਰਾ ਕਰਮਦੀਪ ਯਾਰ, ਬਹੁਤ ਚਿਰ ਦੇ ਮੁੰਡੇ ਤਿਆਰ ਆ, ਆਪਾਂ ਕੁਸ਼ਤੀ ਕਰਾਉਣੀ ਸੀ ਵੱਡੀ। ਛੀਪਾ ਰਹੀਏ ਬਾ, ਅਜੇ ਛੀਪੇ ਵਿੱਚ ਆ ਜਾ ਮੇਰਾ ਵੀ। ਕੁਲਦੀਪ ਸਿੰਘ ਸਰਾਲ ਮੇਰੇ ਵੱਡੇ ਭਰਾ ਪਹੁੰਚੇ ਆ ਨਾਲ, ਨਵਾਂ ਸ਼ਹਿਰ ਤੇ ਹਲਕਾ ਜਾਰਜ ਸਾਹਿਬ ਪਹੁੰਚੇ ਆ, ਸਤਨਾਮ ਸਿੰਘ ਜਲਵਾਹਾ ਜੀ ਪਹੁੰਚੇ ਆ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਥੈਂਕ ਯੂ। ਲਲਿਤ ਮੋਹਨ ਪਾਠਕ ਜੀ ਪਹੁੰਚੇ, ਉਹਨਾਂ ਦੇ ਨਾਲ ਬਹੁਤ ਵੱਡਾ ਧੰਨਵਾਦ ਕੀਤਾ ਜਾ ਰਿਹਾ। ਹਲਕਾ ਇੰਚਾਰਜ ਨਵਾਂ ਸ਼ਹਿਰ ਤੋਂ ਸ਼ਖਸ਼ੀਤ ਪੁੱਜੀ ਹੋਈ ਹੈ ਆਪ ਆਗੂ ਦੇ ਰਵਿੰਦਰ ਸਿੰਘ, ਹਲਕਾ ਲੋਕ ਸਭਾ ਇੰਚਾਰਜ ਇਧਰਲੇ ਪਾਸੇ ਕੁਸ਼ਤੀ ਬਹੁਤ ਟੌਪ ਦੀ ਚੱਲ ਰਹੀ ਹੈ। ਜੱਸੀ ਰਈਏਵਾਲ ਉੱਪਰਲੇ ਪਾਸੇ ਹੈ, ਆਹ ਥੱਲੜੇ ਪਾਸੇ ਦੇਖਾਂਗੇ, ਮੱਲ ਕਹਿੰਦੇ ਮਨ ਦੀ ਚੌਂਪੇ ਵਾਲਾ ਅੱਗੇ ਜੀ ਅੱਗੇ ਸਲਮਾਨ ਵਿੱਚ ਕਰਮਦੀਰ ਆ ਕੁਸ਼ਤੀ ਦਾ ਜ਼ਿਕਰ ਕਰਦੀ ਵੀ ਜਵਾਨਾਂ ਅੱਗੇ ਜੀ ਅੱਗੇ ਕੱਕੂ ਨਵਾਂ ਪਿੰਡ ਕਾਦੀ ਯਾਦ ਕਰਾਂ ਕਰ। ਪਹਿਲਾਂ ਦੱਸਿਆ ਵੀ ਰਾਜਾ ਸਾਹਿਬ ਮਜਾਰੀ ਦੀ ਕਰਦੀ ਦੇ ਮਾਨ ਤੋਂ ਕੂਲਦਾਰ ਜੀ, ਉਹਨਾਂ ਦੀ ਬੜੀ ਕਿਰਪਾ ਹੈ, ਇਹਨਾਂ ਦੇ ਨਾਲ ਧੰਨਵਾਦ ਕੀਤਾ ਜਾ ਰਿਹਾ। ਬਿੰਦਰ ਬਾਦਲ ਜੀ ਅਮਰੀਕਾ ਵਾਲੇ ਰੈਪਰ ਡੱਬੇ ਵਾਲੇ ਪੁੱਜੇ ਹੋਏ ਹੈ, ਕੁਸ਼ਤੀ ਦਾ ਕਹਿੰਦੇ ਯੁੱਧ ਸ਼ੁਰੂ ਹੋਣ ਲੱਗਾ, ਵੱਡੀਆਂ ਕੁਸ਼ਤੀਆਂ ਨੇ ਸਰਕਾਰ ਦੇ ਚਿਹਰੇ ਤੇ, ਮੈਂ ਬੇਨਤੀ ਕਰਾਂ ਚਾਰ ਦੁਨੀਆਂ ਦੇ ਵੱਡੇ ਮੱਲ ਯੋਧੇ ਪੰਜਾਬ ਦੇ ਤੇ ਉੱਥੇ ਚਾਰ ਖੁਰ ਦੇ ਵਿੱਚ 20 ਤਰੀਕ ਉੱਥੇ ਹੀ ਇਹਨਾਂ ਦਾ ਧੰਨਵਾਦ ਕਰਦਾ ਕਿ ਜੋ ਇਹ ਹਰ ਸਾਲ ਇਹ ਸਵਰਨਾ ਸਿੰਘ ਮੇਲਾ ਕਰਵਾਉਂਦੇ ਹਨ, ਔਰ ਇਹ ਮੈਂ ਸਮਝਦਾ ਹਾਂ ਕਿ ਇਹ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਅੱਜ ਜੇ ਨੌਜਵਾਨਾਂ ਨੂੰ ਸਹੀ ਸੇਧ ਦਿੱਤੀ ਜਾ ਸਕਦੀ ਹੈ ਕਿ ਇਹਨਾਂ ਸਪੋਰਟਸ ਦੇ ਨਾਲ ਇਹਨਾਂ ਖੇਡ ਮੇਲਿਆਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਤਾਂ ਜੋ ਨੌਜਵਾਨਾਂ ਨੂੰ ਮਾੜੀਆਂ ਕਿਰਤੀਆਂ ਤੋਂ ਬਚਾਇਆ ਜਾ ਸਕੇ, ਅਤੇ ਜੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਦੁਆਰਾ ਬੰਗਲਾ ਖੁਸ਼ਹਾਲ ਪੰਜਾਬ ਬਣਾਉਣ ਦਾ ਸੁਪਨਾ ਸਿਰਜਿਆ ਹੈ, ਉਹ ਆਪਾਂ ਰਲ ਮਿਲ ਕੇ ਪੂਰਾ ਕਰੀਏ। ਸੋ ਮੈਂ ਇਸ ਮੌਕੇ ਤੇ ਦੱਸਣਾ ਚਾਹਾਂਗਾ ਕਿ ਜੋ ਪਿਛਲੇ ਦਿਨ ਆਮ ਆਦਮੀ ਪਾਰਟੀ ਨੇ ਤੁਹਾਡੀ ਆਪਣੀ ਸਰਕਾਰ ਨੇ ਖੇਡਾਂ ਬਦਲ ਪੰਜਾਬ ਦੀਆਂ 29 ਅਗਸਤ ਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਜਲੰਧਰ ਵਿਖੇ ਸ਼ੁਰੂਆਤ ਕੀਤੀ ਸੀ, ਉਹ ਚੱਲ ਰਹੀਆਂ, ਉਸ ਤੋਂ ਸਰਕਾਰ ਦੀ ਨੀਅਤ ਦਾ ਸਾਫ ਪਤਾ ਚੱਲਦਾ ਹੈ ਕਿ ਸਰਕਾਰ ਪੰਜਾਬ ਦੀ ਨੌਜਵਾਨੀ ਨੂੰ ਬੱਚੇ ਬੱਚਿਆਂ ਨੂੰ ਸਹੀ ਦੇਣ ਸੇਧ ਦੇਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਔਰ ਅੱਜ ਕੋਈ ਇਲੈਕਸ਼ਨ ਦਾ ਸਮਾਂ ਨਹੀਂ, ਨਾ ਕੋਈ ਵੋਟਾਂ ਦਾ ਸਮਾਂ ਹੈ, ਕਿ ਸਰਕਾਰ ਪੂਰੀ ਤਰ੍ਹਾਂ ਇਹਨਾਂ ਮਾੜੀਆਂ ਜੋ ਗੁਣਤੀਆਂ ਹਨ ਉਹਨਾਂ ਨੂੰ ਖਤਮ ਕਰਨ ਲਈ ਔਰ ਪੰਜਾਬ ਦੇ ਬੱਚੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਇਹ ਆਉਣ ਵਾਲੇ ਸਾਲਾਂ ਦੇ ਵਿੱਚ ਜੋ ਖੇਡਾਂ ਬਦਲ ਪੰਜਾਬ ਦੀਆਂ ਸ਼ੁਰੂ ਪੰਜਾਬ ਸਰਕਾਰ ਨੇ ਕੀਤੀਆਂ ਹਨ ਉਹ ਲਗਾਤਾਰ ਇਹ ਜਾਰੀ ਰਹਿਣਗੀਆਂ। ਇਸ ਗੱਲ ਦਾ ਵੀ ਅੱਜ ਮੈਂ ਇਸ ਮੰਚ ਤੋਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਹਾਂ, ਔਰ ਮੈਂ ਆਪਣੇ ਵਿਸ਼ੇਸ਼ ਤੌਰ 'ਤੇ ਇਹਨਾਂ NRI ਵੀਰਾਂ ਦਾ ਔਰ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਇਹ ਖੇਡ ਮੇਲਾ ਕਰਵਾਇਆ ਹੈ, ਔਰ ਉੱਥੇ ਹੀ ਜਿੱਥੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਸਾਡੇ NRI ਵੀਰ ਔਰ ਸਾਡੇ ਨਗਰਾਂ ਦੇ ਮੋਹਤਵਾਰ ਸਾਡੇ ਇਲਾਕੇ ਦੇ, ਖਾਸ ਕਰ ਇਸ ਇਲਾਕੇ ਦੇ, ਕਿਉਂ ਮੈਨੂੰ ਹਰ ਵਕਤ ਆਉਣ ਦਾ ਮੌਕਾ ਮਿਲਦਾ ਹੈ ਕਿ ਇਹ ਇਹਨਾਂ ਨੇ ਚੰਗੇ ਕੰਮਾਂ ਦੇ ਲਈ ਪਾਰਟੀ ਵਜੋਂ ਤੋਂ ਉੱਪਰ ਉੱਠ ਕੇ ਹਰ ਵਕਤ ਪਹਿਲ ਕਦਮੀ ਕੀਤੀ ਹੈ ਕਿ ਮੈਂ ਆਸ ਰੱਖਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਕਰਦੇ ਰਹਿਣਗੇ। ਔਰ ਮੈਂ ਇਹ ਵੀ ਵਿਸ਼ਵਾਸ ਦਵਾਉਂਦਾ ਹਾਂ ਕਿ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਵਿੱਚ ਮਾੜੇ ਹਾਲਾਤ ਪੈਦਾ ਹੋਏ, ਨਸ਼ਿਆਂ ਵਰਗਾ ਸ਼ੇਵਾਂ ਦਰਿਆ ਵਗਿਆ, ਉਸ ਨੂੰ ਖਤਮ ਕਰਨ ਦੇ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਮੈਂ ਵਿਸ਼ਵਾਸ ਦਵਾਂਗੇ ਜਿਹੜੇ ਨਸ਼ਾ ਪੀਂਦੇ ਹਨ ਉਹਨਾਂ ਨੂੰ ਨਸ਼ਾ ਛਡਾਵਾਂਗੇ, ਜਿਹੜੇ ਵੇਚਦੇ ਹਨ ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਟੀਮ ਨੇ ਆਮ ਆਦਮੀ ਪਾਰਟੀ ਨੇ ਨਗਰ ਪੰਚਾਇਤ ਨੇ ਇਹ ਹੁਕਮ ਲਾਇਆ ਹੈ ਕਿ ਇੱਥੇ ਦੀ ਜੋ ਗਰਾਊਂਡ ਹੈ
उसके लिए कोई रन या इन वजिया बनाया जाए। मैं अज सारी प्रबंधक कमेटी नगर पंचायत को अपने आम आदमी पार्टी के जूथ को और आप सब इलाका निवासियों को यह अज कि आने वाले समय में इस स्टेडियम इतने इस वजिया लेवल का स्टेडियम बना के दिता जाएगा आने वाले सालों के इस गल का ऐलान कर दूंगा। और मैं ज़्यादा समा लगा अज के इस सिंह मेले की आप सब दिल दी अगराइया तो और अपने नाल आए साथियों को बधाई देता हाँ। और यह आशा का ये खुशियां जोड़े आने वाले समय में भी ये खेड़ मेले लगते रहेंगे। विशेष तौर पर मैं अपने वीर जो साढ़े प्रेस तो आए हैं जिन्होंने इस सिंह मेले को दुनिया के खिचवाना है, सिंह जी साहब तारी जी जरनैल जी सारे का मैं दिल की अगराइया धन्यवाद करता हाँ कि ये भी एक विशेष तौर पर चल करके आए हैं। कि इन्होंने शब्दों का आचार संभाव अमरिंदर सिंह खान जी का अगर भारत जी से भी आप बुलारे ने और लोग सभा इंचार्ज ने उन्होंने इतने आने से मैं स्वागत करता। मेरे वीर सरदार कुलजीत सिंह सरहाल जी जेडे कि इस इलाके की नुमाइंदगी कर रहे हैं उन्हों का भी इतने पहुंचने स्वागत करता। नाल ही सरदार सतनाम सिंह जलवा जी, अग्निहोत्री जी, रमन उमड़ जी, सारे भलवाना का सारी संगत का बहुत बहुत धन्यवाद। वाहेगुरु जी का खालसा, वाहेगुरु जी की फतेह। एक गल की मैं जरूर बधाई दूंगा सारी संगत को, असं पवित्र जी धरती से खड़े हैं। कल वाल्मीकि महाराज का प्रकाश पर्व है तो उसके लिए भी सारी संगत को बहुत बहुत बधाई। वाहेगुरु जी का खालसा।